ਕਿਸੇ ਟਾਈਮ ਵੀ ਮੌਤ ਆ ਸਕਦੀ ਐਨੀ ਦੇਰ ਬਗਾਵਤ ਠੀਕ ਨਹੀਂ ਐਨੀ ਕਿਸੇ ਟਾਈਮ ਵੀ ਮੌਤ ਆ ਸਕਦੀ ਐਨੀ ਦੇਰ ਬਗਾਵਤ ਠੀਕ ਨਹੀਂ ਮੈਂ ਤਾਂ ਸੁਣਾ ਨਹੀਂ ਚਾਹੁੰਦਾ ਅਗਲੇ ਦਿਨ ਮੈਂ ਕਿ ਦੋ ਬੰਦਿਆਂ ਕੋਲ ਬੈਠਾ ਸੋ ਬੰਦਿਆਂ ਦੀ ਉਹਨਾਂ ਦੀ ਉਮਰ ਵੀ ਕਮ ਅਜ਼ ਕਮ ਕੋਈ ਇੱਕ ਦੀ 65 ਤੇ ਇੱਕ ਦੀ 70 ਸਾਲ ਘੱਟ ਤੋਂ ਘੱਟ ਕਮ ਅਜ਼ ਕਮ ਉਹਦੀ ਉਮਰ ਇੱਕ ਦੀ 65 ਸਾਲ ਇੱਕ ਦੀ 70 ਸਾਲ ਤੇ ਅਜੇ ਵੀ ਪੁੱਛਦੇ ਵਧੇ ਹਨ ਆਪ ਉਹਨਾਂ ਨੂੰ ਪਤਾ ਗੁਲਾਕਮ ਸਾਹਿਬ ਬੈਠੇ ਉਹ ਹਨੇਰਾ ਜਿਹਾ ਉੱਥੇ ਹਨੇਰਾ ਹਾ ਤੇ ਉਹ ਮੋਬਾਈਲ ਦੇ ਧਿਆਨ ਕਰਕੇ ਬੈਠਿਆ ਉਮਰ 60-65 ਸਾਲ ਇੱਕ ਨੇ ਦੂਏ ਕੋਲ ਪੁੱਛਿਆ ਹੈ ਉਹ ਭਲਾ ਜਿਹੜਾ ਇਹ ਜਿਹੜਾ ਯਜ਼ੀਦ ਹੈ ਇਹਦੇ ਵੱਲ ਦਾ ਕੀ ਨਾਂ ਉਮਰ 65-70 ਸਾਲ ਹੈ ਤੇ ਮੈਂ ਕਿਉਂਕਿ ਉਹਨੂੰ ਮੈਨੂੰ ਪਤਾ ਮੈਂ ਕੋਲ ਬੈਠਾ ਮੈਂ ਥੋੜ੍ਹਾ ਦੂਰ ਬੋਲਿਆ ਉਹ ਜਿਸ ਜਵਾਬ ਨਾ ਤਾਂ ਦੋ ਮਿੰਟ ਦਾ ਇੰਤਜ਼ਾਰ ਮੈਂ ਕੀਤਾ ਉਹ ਨਹੀਂ ਦੱਸਿਆ ਮੈਂ ਕਿਹਾ ਜੀ ਅਮੀਰੇ ਮਾਵੀਆ ਕਹਿਣ ਲੱਗੇ ਅੱਛਾ ਅੱਛਾ ਇਹ ਉਹਦਾ ਵੱਲ ਤੇ ਮੈਂ ਕਿਹਾ ਜੀ ਤੇ ਜਿਹੜਾ ਅਮੀਰੇ ਮਾਵੀਆ ਉਹਦੇ ਅੱਬੇ ਦਾ ਕੀ ਨਾਂ ਇਹ ਵੀ ਨਹੀਂ ਹੁਣ ਪਤਾ ਔਰ ਪਤਾ ਉਹਨੂੰ ਕਿਉਂ ਨਹੀਂ ਮੈਂ ਦੱਸਣਾ ਨਹੀਂ ਜਿਹਨੂੰ ਪਤਾ ਕਿਉਂ ਨਹੀਂ ਆ ਤੂੰ ਲਿਹਾਜ਼ਾ ਮੁੱਦਤ ਹੋ ਗਈ ਮੈਂ ਮੌਲਾ ਦਾ ਜ਼ਿਕਰ ਇਸ ਵਕਤ ਛੇੜਿਆ ਕਿ ਮੈਂ ਦਰਵਾਜ਼ਾ ਕ੍ਰਾਸ ਕਰ ਲਵਾਂ ਤੇ ਜਿਹੜੇ ਆਂਦੇ ਨੇ ਵੀ ਮੈਂ ਸਭ ਜਾ ਮੰਗ ਲੈ ਮਾਫੀਆਂ ਹੈਦਰ ਤੋਂ ਤੁਸੀਂ ਤਾਂ ਸਾਦਾਤ ਬੈਠੇ ਹੋ ਉਮਤੀ ਬੈਠੇ ਹੋ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਅੱਜ ਵੀ ਵਕਤ ਹੈ ਮੌਤ ਦਾ ਕੋਈ ਪਤਾ ਨਹੀਂ ਹੈ ਕਿਸੇ ਟਾਈਮ ਵੀ ਆ ਸਕਦੀ ਹੈ ਤੇ ਕਿਉਂ ਨਾ ਹੋਵੇ ਕਿ ਦਾਮਾਦ ਮੁਸਤਫਾ ਕੋਲੋਂ ਨਾਰਾਜ਼ਗੀ ਮਿਟਾ ਲਈ ਜਾਵੇ ਤਾਂ ਕਿ ਅਗਲੇ ਜਹਾਨ ਕਬਰ ਹਸ਼ਰ ਠੀਕ ਹੋ ਜਾਵੇ ਅਗਰ ਮੈਸੇਜ ਅੱਛਾ ਲੱਗਿਆ ਤਾਂ ਸੁਭਾਨ ਅੱਲਾਹ ਬੋਲੋ ਮੈਂ ਦੋ ਹੀ ਸ਼ੇਰ ਅਲੀ ਦੇ ਪੜ੍ਹਨੇ ਇੱਕ ਤੁਹਾਨੂੰ ਦੇਣਾ ਤੇ ਇੱਕ ਇਹਨਾਂ ਨੂੰ ਦੇਣਾ ਤੇ ਦੇਖਣਾ ਦਾਦ ਅੱਛੀ ਕੌਣ ਦੇਣਾ ਮੁਬਾਰਕ ਹੋਵੇ ਆਖਰੀ ਸ਼ੇਰ ਤੁਹਾਡੀ ਨਜ਼ਰ ਕਰਨਾ ਪਿਆ ਹੈਦਰ ਦਾ ਮੁਖੜਾ ਤੱਕ ਤੱਕ ਕੇ ਸਦੀਕ ਇਬਾਦਤ ਕਰਦਾ ਹੈ ਮੁਨਕਰ ਤੋਂ ਪੁੱਛਣੇ ਮੈਂ ਹਾਂ ਕਿ ਕਿਆ ਇਜ਼ਤ ਦੀ ਬਾਤ